ਬੜੇ ਤੁਸੀਂ ਗਾਣੇ ਸੁਣਿਆਗੇ ਕਿ ਸਾਥੋ ਬਾਬਾ ਕੋਲੇ 13 ਨਣਕਾ ਨਾਮ ਜਪ ਲੈ ਜਿੰਦੇ ਕੁਛ ਇਸ ਤਰ੍ਹਾਂ ਦੇ ਗਾਣੇ ਬੜੇ ਸੁਣੇ ਨਾਮ ਜਪ ਲੈ ਨਮਾਣੀ ਜਿੰਦੇ ਮੇਰੀ ਨਵਾਣੀ ਜਿੰਦੇ ਮੇਰੀ ਹੈ ਜੀ ਜੀ ਬਿਲਕੁਲ ਤਾਂ ਉਹ ਜਿਹੜੇ ਗੀਤਕਾਰ ਸੀਗੇ ਤਾਂ ਸਵਰਨ ਸਿਵੀਆ ਉਹਨਾਂ ਦੀ ਮੌਤ ਹੋ ਗਈ ਪਰ ਉਹਨਾਂ ਦਾ ਜੁੜ ਕਿਸ ਕਿਸੇ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਦੇ ਆ ਕਿ ਕਿਵੇਂ ਉਹਨਾਂ ਨੇ ਗਾਣਾ ਜਿਹੜਾ ਟਿਕਟ ਦੇ ਉੱਤੇ ਕਿਵੇਂ ਲਿਖਿਆ ਕਿਹੜਾ ਗਾਣਾ ਲਿਖਿਆ ਤੇ ਇਸ ਤੋਂ ਇਲਾਵਾ ਕੁਲਦੀਪ ਮਾਨਕ ਦੇ ਨਾਲ ਕਿਸ ਤਰ੍ਹਾਂ ਦੀ ਸਾਂਝ ਸੀ ਕਿਵੇਂ ਉਹਨਾਂ ਦਾ ਤਿਆਰਬਾ ਰਿਹਾ ਉਹ ਕੁਝ ਚੀਜ਼ਾਂ ਜਾਂ ਕੁਝ ਫੈਕਟ ਨੇ ਜਿਹੜੇ ਤੁਸੀਂ ਮੇਰੇ ਖਿਆਲ ਨਾਲ ਬਹੁਤ ਘੱਟ ਲੋਕਾਂ ਨੇ ਸੁਨੇ ਹੋਣਿਆ ਤਾਂ ਉਹ ਸਾਂਝੇ ਕਰਦੇ ਆ ਜੀ ਮਿੰਟੂ ਜੀ ਤਾਂ ਬੜੇ ਵੈਸੇ ਗਾਣੇ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਲਿਖੇ ਹੋਣੇ ਇਸ ਤਰ੍ਹਾਂ ਦੇ ਪਰ ਇਹ ਗਾਣੇ ਆ ਜਿਹੜੇ ਮੇਰੇ ਖਿਆਲ ਨਾਲ ਜੇ ਕਹੋ ਕਿ ਧਾਰਮਿਕ ਕਰਕੇ ਕਹ ਲਓ ਤੁਸੀਂ ਜਾਂ ਕਹ ਲਓ ਕਿ ਮਤਲਬ ਲੋਕਾਂ ਨੇ ਜਿਆਦਾ ਸੁਨੇ ਹੋਣਗੇ ਮੇਰੇ ਖਿਆਲ ਨਾਲ ਦੇਖੋ ਸਵਰਨ ਸੀ ਵੀ ਆ ਅੱਜ ਦੀ ਪੀੜ੍ਹੀ ਨੂੰ ਸ਼ੈ ਦੇ ਨਾਮ ਜਿਹੜਾ ਉਹ ਬਹੁਤਾ ਜਾਣੂ ਨਹੀਂ ਹੈਗੇ ਤੇ ਜਾਂ ਬਹੁਤਾ ਯਾਦ ਨਹੀਂ ਹੋਏਗਾ ਨਾ ਅੱਜ ਦੀ ਪੀੜ੍ਹੀ ਨੂੰ ਜਿਹੜੇ ਅਸੀਂ ਮਤਲਬ ਕਿ ਉਸ ਟਾਈਮ ਸੁਰਤ ਸੰਭਲੇ ਜਦੋਂ ਇਹਨਾਂ ਦਾ ਦੌਰ ਸੀਗਾ ਜੀ ਤਾਂ ਸਾਡੇ ਵਰਗਿਆਂ ਨੂੰ ਉਹ ਮਤਲਬ ਕਿ ਉਪਨਾ ਵਾਲਾ ਸਿਵੀਆ ਜੀ ਉਹ ਨਾਂ ਵਾਰ-ਵਾਰ ਗੀਤਾਂ 'ਚ ਗੂੰਜਦਾ ਕਹਿ ਲੋ ਕਿ ਜ਼ਹਿਨ ਨੂੰ ਟੁੰਬਦਾ ਅੱਜ ਵੀ ਤਰੋਤਾ ਜਾਇਆ ਉਦਹੀਂ ਜੀ ਜਿਹੜੇ ਉਸ ਦੌਰ ਦੇ ਮਿਊਜ਼ਿਕ ਨੂੰ ਸੁਣਦੇ ਆਏ ਨੇ ਜੀ ਜਿਸ ਦੌਰ ਚ ਕਹਿ ਲੋ ਕਿ ਚਮਕੀਲੇ ਦਾ ਸਿੱਕਾ ਚੱਲਿਆ ਜੀ ਅੱਛਾ ਇਹਨਾਂ ਦਾ ਧਿਆਨ ਤੋਂ ਗਿਆ ਬੜੀ ਮੰਦ ਪਾਗੀ ਖਬਰ ਆਈ ਹੈ ਜੀ ਤੋ ਭਾਈ ਵਾਕਿਆ ਇਹ ਸਵਰਨ ਸਿਵੀਆ ਇਕੱਲਾ ਗੀਤਕਾਰ ਵਧੀਆ ਨਹੀਂ ਸੀਗਾ ਜੀ ਬਹੁਤ ਵਧੀਆ ਬਹੁਤ ਪਿਆਰਾ ਇਨਸਾਨ ਸੀਗਾ ਜੀ ਔਰ ਕਮਾਲ ਦੀ ਗੱਲ ਹੈ ਕਿ ਸਰਕਾਰੀ ਅਧਿਕਾਰੀ ਸੀਗਾ ਕਰਮਚਾਰੀ ਸੀਗਾ ਅੱਛਾ ਜੀ ਛੋਟੇ ਪੱਦਰ ਤੋਂ ਤਰੱਕੀ ਕੀਤੀ ਹੈ ਜੀ ਕਿਸੇ ਤਾਂ ਬਹੁਤ ਨੇ ਮੈਂ ਇਹਨਾਂ ਦੇ ਮੂੰਹੋਂ ਸੁਨੇ ਹੋਏ ਨੇ ਕਿਸੇ ਜੀ ਜਿਹੜੇ ਇਹਨਾਂ ਨੇ ਦੱਸੇ ਕਦੇ ਆਪਣੀ ਜ਼ਿੰਦਗੀ ਚ ਫੁੱਲ ਕੇ ਕਿਉਂਕਿ ਇਹਨਾਂ ਚੀਜ਼ਾਂ ਨੂੰ ਆਪਾਂ ਫੋਲੋ ਕਰਦੇ ਆ ਜਿਨ੍ਹਾਂ ਨੂੰ ਲੋਕਾਂ ਨੂੰ ਤੁਸੀਂ ਬਚਪਨ ਚ ਸੁਣਿਆ ਹੋਵੇ ਕਿੱਥੋਂ ਨੇ ਕੀ ਕਰਦੇ ਨੇ ਤਾਂ ਬੇਸਿਕਲੀ ਇਹਨਾਂ ਦਾ ਪਿੰਡ ਹੈ ਉਪਲਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਲੁਧਿਆਣੇ ਤੋਂ ਕੋਈ 53 ਕਿਲੋਮੀਟਰ ਸਾਈਡ ਤੇ ਆ ਜੀ ਤਾਂ ਉਪਲਾ ਪਿੰਡ ਹੈ ਜਿਹੜਾ ਇਹਨਾਂ ਦਾ ਗਾਣਾ ਸੀਗਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਉਹ ਗਾਣਾ ਅਮਰ ਸਿੰਘ ਚਮਕੀਲਾ ਨੇ ਗਾਇਆ ਪਰ ਗੀਤਕਾਰ ਤੇ ਗਾਇਕ ਨੂੰ ਉਸ ਗਾਣੇ ਨੇ ਅਮਰ ਕਰ ਦਿੱਤਾ ਅਮਰ ਸਿੰਘ ਚਮਕੀਲਾ ਉਸ ਗਾਣੇ ਦੇ ਜ਼ਰੀਏ ਅਮਰ ਹੋ ਗਿਆ ਜਿਹੜਾ ਉਹ ਗਾਣਾ ਹੈ ਨਾ ਇਹ ਕਰ ਬਾਰੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਏ ਨਹੀਂ ਪਤਾ ਹੋਏ ਜੀ ਪਰ ਉਹ ਗਾਣਾ ਕਿਸ ਤਰ੍ਹਾਂ ਦਾ ਗਾਣਾ ਸੀਗਾ ਕਿ ਲੱਚਰ ਗਾਇਕਾਂ ਦੀ ਕਤਾਰ ਚੋਂ ਕੱਢ ਕੇ ਚਮਕੀਲੇ ਬਾਰੇ ਕਿਉਂਕਿ ਉਸ ਟਾਈਮ ਕੁਝ ਗਾਇਕ ਵੀ ਨੈਰੇਟਿਵ ਬਣਾ ਰਹੇ ਸੀਗੇ ਕੁਝ ਗਾਣੇ ਸੀਗੇ ਵੀ ਇਹਦੇ ਚ ਕੀ ਸ਼ੱਕ ਹੈ ਕੀ ਦੋ ਰਹਾ ਕੁਝ ਪਾਸ਼ਾਦਾਂ ਦੀਆਂ ਹੁੰਦੀਆਂ ਗਾਣਿਆਂ ਦੀਆਂ ਪਰ ਜ਼ਿਆਦਾ ਉਹਦੇ ਕਿਉਂਕਿ ਸੜਨ ਵਾਲੇ ਬਹੁਤ ਸੀਗੇ ਉਸ ਟਾਈਮ ਉਹਦਾ ਹਰ ਇੱਕ ਤੁਸੀਂ ਫੀਲਡ ਦੇ ਵਿੱਚ ਤੁਸੀਂ ਦੇਖੋਗੇ ਸਾਰਾ ਕੁਝ ਹੁੰਦਾ ਹੈ ਚਲੋ ਜੈਲਸ ਫੈਕਟਰ ਹੁੰਦਾ ਉਹ ਸਾਡੇ ਸਮਾਜ ਦੇ ਵਿੱਚ ਵੀ ਹੈ ਬਿਲਕੁਲ ਜੀ ਤਾਂ ਉਹਨੇ ਕਿਉਂਕਿ ਦੁਕਾਨਦਾਰੀਆਂ ਬੰਦ ਕਰ ਦਿੱਤੀਆਂ ਸਾਰੀਆਂ ਇੱਕ ਵਾਰੀ ਜੀ ਤਾਂ ਹੋਇਆ ਕਿ ਕਿ ਚਮਕੀਲੇ ਦਾ ਜਿਹੜਾ ਉਹ ਗੀਤ ਸੀਗਾ ਉਸ ਗੀਤ ਨੇ ਚਮਕੀਲੇ ਨੂੰ ਉਸ ਕਤਾਰ ਚੋਂ ਕੱਢ ਕੇ ਗੁਰਦੁਆਰਿਆਂ 'ਚ ਵਜਨ ਲਾ ਦਿੱਤਾ ਬਿਲਕੁਲ ਇਹ ਇਹ ਇਸ ਗਾਣੇ ਦੀ ਪ੍ਰਾਪਤੀ ਸੀ ਇਸ ਗੀਤਕਾਰ ਦੀ ਪ੍ਰਾਪਤੀ ਸੀ ਜੀ ਤੁਸੀਂ ਸੋਚ ਸਕਦੇ ਹੋ ਇੱਕ ਗੀਤ ਰਾਤੋਂ ਰਾਤ ਕਿਸੇ ਬੰਦੇ ਨੂੰ ਇੱਕ ਕਤਾਰ ਚੋਂ ਕੱਢ ਕੇ ਦੂਸਰੀ ਕਤਾਰ ਚ ਖੜਾ ਕਰ ਦੇਵੇ ਔਰ ਧਾਰਮਿਕ ਕਤਾਰ ਚ ਇਹ ਬਹੁਤ ਵੱਡੀ ਅਜੂਰ ਅੱਜ ਵੀ ਤੁਸੀਂ ਸੁਣਿਆ ਹੋਣਾ ਕਿਤੇ ਨਾ ਕਿਤੇ ਗਾਣਾ ਵੱਜਦਾ ਤੁਹਾਨੂੰ ਨਜ਼ਰ ਆਏਗਾ ਜੀ ਸੋਸ਼ਲ ਮੀਡੀਆ ਤੇ ਵੀ ਜੋ ਬਣਾਉਂਦੇ ਨਾ ਕਈ ਵਾਰ ਮੈਂ ਦੇਖਦਾ ਹਾਂ ਉਹ ਤਾਂ ਇਹ ਗਾਣੇ ਰੀਮਿਕਸ ਜੇ ਕਰ ਦਿੱਤੇ ਨੇ ਇਹ ਮਿਊਜ਼ਿਕ ਥੋੜਾ ਜਿਆਦਾ ਹੋਰ ਟਾਈਪ ਦਾ ਹੈ ਤਾਂ ਇਹ ਜਿਹੜੀ ਇਹਨਾਂ ਦੀ ਮੁਲਾਕਾਤ ਸੀਗੀ ਨਾ ਸਵਰਨ ਸੀਵੀਆ ਤੇ ਚਮਕੀਲੇ ਦੀ ਉਹ ਵੀ ਬੜੀ ਦਿਲਚਸਪ ਸੀਗੀ ਆਪਸ ਵਿੱਚ ਜਦੋਂ ਇਹ ਮਿਲੇ ਨੇ ਜੀ ਦਰਅਸਲ ਕੀ ਹੈ ਕਿ ਇਹ ਜਦੋਂ ਬੜੇ ਲਿਖੇ ਸਧਾਰਨ ਪਰਿਵਾਰ ਸੀ ਇਹਨਾਂ ਦੇ ਵੈਸੇ ਤਾਂ ਮੈਂ ਕਿਸੇ ਇਹਨਾਂ ਦੇ ਦੱਸ ਸਕਦਾ ਤੁਹਾਨੂੰ ਘੰਟਾ ਡੇਢ ਘੰਟਾ ਦੱਸ ਸਕਦਾ ਪਰ ਸੀਮਤ ਕਰ ਦਿਨਾ ਜੀ ਕਿ ਇਹਨਾਂ ਦੇ ਘਰ ਦਾ ਗੁਜ਼ਾਰਾ ਔਖਾ ਹੁੰਦਾ ਸੀ ਇਹ ਹੈਗੇ ਸੀਗੇ ਕਿਸਾਨ ਪਰਿਵਾਰ ਚੋਂ ਜੀ ਤੇ ਇਹਨਾਂ ਦੇ ਬਜ਼ੁਰਗਾਂ ਨੇ ਸੈਟ ਸਪੀਕਰ ਬਣਾਇਆ ਸੀ ਉਹਨੂੰ ਸੈਟ ਸਪੀਕਰ ਕਹਿੰਦੇ ਸੀ ਤਵਿਆਂ ਵਾਲੀ ਮਸ਼ੀਨ ਜਿਹੜੀ ਹੁੰਦੀ ਹੈ ਜੀ ਇਹਨਾਂ ਨੇ ਉਹ ਫਿਰ ਘਰੇ ਉਹ ਲਾ ਲੈਣੇ ਤੇ ਸੁਣਦੇ ਰਹਿਣਾ ਲਾ ਲੈਣਾ ਤੇ ਉਹ ਫਿਰ ਗਾਣੇ ਜਿਹੜੇ ਯਾਦ ਵੀ ਹੋ ਗਏ ਸੀ ਵੀ ਆਹ ਸਾਹਬ ਨੂੰ ਜੀ ਤੇ ਦੱਸਦੇ ਆ ਕਿ ਇੱਕ ਵਾਰੀ ਨਰਿੰਦਰ ਵੀਬਾ ਦਾ ਖਾੜਾ ਸੀਗਾ ਜੀ ਨਰਿੰਦਰ ਵੀਬਾ ਲੇਟ ਹੋ ਗਈ ਜੀ ਤੇ ਉੱਥੇ ਰੇੜੀ ਖੜੀ ਸੀ ਰੇੜੀ ਤੇ ਇਹਨੂੰ ਚੜਾ ਦਿੱਤਾ ਗਿਆ ਕਿਉਂਕਿ ਬਰਾਤੀ ਜਿਹੜੇ ਉਹ ਥੋੜਾ ਇਤਰਾਜ਼ ਕਰ ਰਹੇ ਸੀਗੇ ਜੀ ਤਾਂ ਜਿਹੜੇ ਸਿਵਿਆ ਸੀਗੇ ਇਹਨਾਂ ਨੇ ਐਸਾ ਰੰਗ ਬੰਨਿਆ ਐਸਾ ਰੰਗ ਬੰਨਿਆ ਕਿ ਉਹ ਘੰਟਾ ਪਤਾ ਨਹੀਂ ਲੱਗਣਦਾ ਤਾਂ ਸਮਾਂ ਕਵਰ ਕਰ ਲਿਆ ਜੀ ਸਮਾਂ ਕਵਰ ਕਰ ਲਿਆ ਜਦੋਂ ਤੇ ਨਰਿੰਦਰ ਵੀਬਾ ਆਏ ਤੇ ਇਹਨੂੰ ਕਿਸੇ ਨੇ ਕਹਿ ਦਿੱਤਾ ਨਿੱਕਾ ਜਿਹਾ ਬੱਚਾ ਸੀਗਾ ਕਿ ਭਾਈ ਉਹ ਨਰਿੰਦਰ ਬੀਬਾ ਨੇ ਤੈਨੂੰ ਕੁੱਟਣਾ ਤੋਂ ਉਹਦੇ ਗੀਤ ਗਾ ਰਿਹਾ ਹੈ ਜੀ ਇਹ ਭੱਜ ਗਿਆ ਕਰੇ ਪਰ ਨਰਿੰਦਰ ਬੀਬਾ ਨੇ ਵਾਪਸ ਬੁਲਾਇਆ ਔਰ ਫੇਰ ਗੋਆਇਆ ਤੇ ਇਹ ਕਿਹਾ ਕਿ ਭਾਈ ਇਹ ਤੁਹਾਡੇ ਪਿੰਡ ਦਾ ਨਾਮ ਚਮਕਾਏਗਾ ਤੋਂ ਗੋਲ ਵਾਕਿਆ ਸੱਚੇ ਹੋਏ ਜੀ ਉਸ ਤੋਂ ਬਾਅਦ ਇਹਨਾਂ ਨੂੰ ਜੌਬ ਮਿਲ ਗਈ ਸੀਗੀ ਇਹ ਜਾਂਦੇ ਸੀਗੇ ਸਟੈਨੋ ਬਣੇ ਸੀਗੇ ਜੀ ਸੰਗਰੂਰ ਤਾਂ ਜਦੋਂ ਲੁਧਿਆਣੇ ਤੋਂ ਸੰਗਰੂਰ ਦਾ ਸਫਰ ਬੱਸ ਦੇ ਸਰੀਏ ਤੈਅ ਕਰਦੇ ਸੀਗੇ ਤਾਂ ਥੋੜਾ ਬਹੁਤਾ ਸਾਹਿਤ ਪੜਿਆ ਸੀਗਾ ਮੜਾ ਮੋਟਾ ਆਪਣੇ ਬੰਨੀ ਉਸ ਸਫਰ ਨੂੰ ਮਕਾਉਣ ਵਾਸਤੇ ਜਾਂ ਕਿਹ ਲੋ ਟਾਈਮ ਪਾਸ ਕਰਨ ਵਾਸਤੇ ਨਾ ਲਿਖਦੇ ਰਹਿੰਦੇ ਸੀਗੇ ਅੱਛਾ ਜੀ ਲਿਖਣਾ ਸ਼ੁਰੂ ਕਰ ਦਿੱਤਾ ਵੀ ਯਾਰ ਡੇਲੀ ਦਾ ਹੁਣ ਹੋਵੇ ਤੁਸੀਂ ਸਫਰ ਕਰਨਾ ਅੱਜ ਆਪਣੇ ਕੋਲ ਮੋਬਾਈਲ ਨੇ ਅੱਜ ਆਪਣੇ ਕੋਲ ਹੋਰ ਬੜੇ ਸਾਧਨ ਨੇ ਟਾਈਮ ਪਾਸ ਕਰਨ ਦੇ ਚਾਹੇ ਤੁਸੀਂ 8 ਘੰਟੇ 10 ਘੰਟੇ 20 ਘੰਟੇ ਜਿੱਥੇ ਮਰਜੀ ਜਾਣਾ ਤਾਂ ਤੁਹਾਡਾ ਟਾਈਮ ਪਾਸ ਸੌਖਾ ਹੋ ਜਾਂਦਾ ਉਸ ਟਾਈਮ ਬੱਸਾਂ ਦੇ ਵਿੱਚ ਨਾ ਮਿਊਜ਼ਿਕ ਆ ਨਾ ਟੀਵੀ ਆ ਨਾ ਫਿਲਮਾਂ ਚੱਲ ਰਹੀਆਂ ਤਾਂ ਕਿਦਾਂ ਕਰੋਗੇ ਤਾਂ ਲਿਖਤ ਜਾਂ ਕਹਿ ਲੋ ਕਿ ਪੜਤ ਜਾਂ ਤਾਂ ਪੜ ਲਓ ਜਾਂ ਲਿਖ ਲਓ ਤੇ ਇਹਨਾਂ ਨੇ ਲਿਖਣਾ ਸਟਾਰਟ ਕਰ ਦਿੱਤਾ ਹੋਇਆ ਕੀ ਕਿ ਸੰਗਰੂਰ ਦੇ ਵਿੱਚ ਇੱਕ 뮤ਜ਼ਿਕ ਮਾਸਟਰ ਹੁੰਦੇ ਸਨ ਸ਼ਾਇਦ ਅਸ਼ੋਕ ਕੁਮਾਰ ਇਹਨਾਂ ਨੇ ਦੱਸਿਆ ਸੀ ਨਾਂ ਇੱਕ ਇੰਟਰਵਿਊ 'ਚ ਅਸ਼ੋਕ ਕੁਮਾਰ ਉਹਨਾਂ ਨੇ ਇੱਕ ਚਿੱਠੀ ਫੜਾਈ ਸੀ ਰੁੱਕਾ ਫੜਾਇਆ ਸੀ ਜੀ ਕਿ ਯਾਰ ਤੂੰ ਨਾ ਉੱਥੇ ਤੇ ਜਾਣਾ ਹੀ ਆ ਆ ਮੇਰਾ ਰੁੱਕਾ ਭਾਈ ਸਾਹਿਬ ਤੂੰ ਇਦਾਂ ਕਰੀ ਸੁਰਿੰਦਰ ਸ਼ਿੰਦਾ ਦੇ ਦਫ਼ਤਰ ਫੜਾ ਆਂ ਜੀ ਤੇ ਇਹ ਰੁੱਕਾ ਫੜਾ ਕੇ ਜਦੋਂ ਉੱਤਰ ਰਹੇ ਸੀਗੇ ਨਾ ਚਮਕੀਲੇ ਦੀ ਨਿਗਾਹ ਪੈ ਗਈ ਤੇ ਉਹਨੇ ਆਪਣੇ ਜਿਹੜਾ ਦਫ਼ਤਰ ਦਾ ਕਲਰਕ ਸੀਗਾ ਉਹਨੂੰ ਕੱਲਿਆ ਕਿ ਜਾ ਇਹਨੂੰ ਬੁਲਾ ਕੇ ਲਿਆ ਸਰਦਾਰ ਸਾਹਿਬ ਨੂੰ ਕਿਉਂਕਿ ਸੀਵੀਆ ਸਾਹਿਬ ਦਾ ਦਾੜਾ ਪ੍ਰਕਾਸ਼ ਕੀਤਾ ਵਿਆ ਸੀਗਾ ਉਮਰ ਮਤਲਬ ਕਿ ਕੋਈ ਜ਼ਿਆਦਾ ਨਹੀਂ ਸੀਗੀ ਉਮਰ ਕੋਈ ਜ਼ਿਆਦਾ ਨਹੀਂ ਸੀ ਅੱਛਾ ਬੁਲਾਇਆ ਤੇ ਇਹਨੇ ਮਤਲਬ ਕਿ ਆ ਕੇ ਜਦੋਂ ਕਲਰਕ ਨੇ ਕਿਹਾ ਕਿ ਤੁਹਾਨੂੰ ਅਮਰ ਸਿੰਘ ਚਮਕੀਲਾ ਜੀ ਨੇ ਸੱਦਿਆ ਉਸਤਾਦ ਅਮਰ ਸਿੰਘ ਚਮਕੀਲਾ ਨੇ ਇਹਨਾਂ ਨੇ ਜਦੋਂ ਤਾਂ ਚਮਕੀਲਾ ਕਦੋਂ ਤੋਂ ਉਸਤਾਦ ਹੋ ਗਿਆ ਹੂੰ ਜੀ ਉਹ ਵਾਪਸ ਗਿਆ ਡਰ ਕੇ ਕਿਉਂਕਿ ਦੇਖੋ ਸਮਾ ਐਸਾ ਸੀਗਾ ਨਾ ਇਹ ਗੱਲਾਂ ਲਾਲੋ ਕੋਈ 85 86 ਦੀਆਂ ਹੋਣੀਆਂ ਜੀ ਸਮਾ ਕੁਛ ਐਸਾ ਸੀਗਾ ਜਾਂ ਉਸ ਤੋਂ ਪਹਿਲਾਂ ਦੀ ਵੀ ਹੋ ਸਕਦੀ ਹੈ ਸਮਾ ਐਸਾ ਸੀਗਾ ਕਿ ਚਮਕੀਲੇ ਦੇ ਉੱਤੇ ਤਰੋ ਨਿਕਲ ਗਿਆ ਜੀ ਇਹ ਇਹ ਆਪ ਆਇਆ ਕਹਿੰਦੇ ਚੱਲ ਕੇ ਰੇਵਣ ਦੀ ਐਣਕਾ ਸ਼ਣਕਾ ਲੱਗੀਆਂ ਸੀ ਤੇ ਗੋਡੇ ਹੱਥ ਲਾਇਆ ਜੀ ਤੇ ਇਹ ਬੜਾ ਹਰਾਨ ਰਹਿ ਗਿਆ ਤੇ ਉਹਨੇ ਜਦੋਂ ਕਿਹਾ ਨਾ ਕਿ ਮੈਂ ਅਮਰ ਸਿੰਘ ਚਮਕੀਲਾ ਜੀ ਤੇ ਸੀਬਿਆ ਸਾਹਿਬ ਆਪ ਦੱਸ ਰਹੇ ਸੀ ਕਹਿੰਦੇ ਕਿ ਨਾ ਮੇਰਾ ਮਤਲਬ ਕਿ ਸਾਰਾ ਹੰਕਾਰ ਫਤੂਰ ਹੀ ਟੁੱਟ ਗਿਆ ਕਿਉਂਕਿ ਮੈਂ ਸਰਕਾਰੀ ਮੁਲਾਜ਼ਮ ਆਪਣੇ ਆਪ ਨੂੰ ਗਿਣ ਰਿਆ ਸੀਗਾ ਜੀ ਵਿੱਚ ਗਵੰਤਰੀ ਲੋਕ ਇਹਨਾਂ ਦਾ ਕੀ ਮੁਕਾਬਲਾ ਤੇ ਕਹਿੰਦੇ ਕਿ ਉਸ ਤੋਂ ਬਾਅਦ ਫਿਰ ਮਤਲਬ ਮੈਨੂੰ ਬਾਅਦ ਉਹ ਦਫਤਰ ਲੈ ਗਏ ਤੇ ਮੈਨੂੰ ਕਹਿੰਦੇ ਕਿ ਬਾਈ ਮੈਨੂੰ ਨਾ ਥ੍ਰੈਟ ਆਈਆਂ ਨੇ ਕੁਝ ਚਿੱਠੀਆਂ ਆਈਆਂ ਨੇ ਇਹ ਕਹਿੰਦੇ ਵੀ ਚਿੱਠੀ ਤੂੰ ਮੈਨੂੰ ਦਿਖਾ ਦੀ ਮੈਂ ਪੜ੍ਹ ਕੇ ਤੈਨੂੰ ਦੱਸ ਦੂੰ ਅਸਲੀ ਕਿ ਨਾਲ ਇਹ ਕਹਿੰਦੇ ਵੀ ਮੇਰੀ ਬਸ ਦਾ ਟਾਈਮ ਹੋ ਗਿਆ ਹੁਣ ਮੈਂ ਜਾਣਾ ਕੱਲ ਆਜੂ ਚਮਕੀਲਾ ਡਰਿਆ ਬਹੁਤ ਪਿਆ ਸੀ ਉਹ ਕਹਿੰਦੇ ਵੀ ਡਰਪੋਕ ਬਹੁਤ ਸੀਗਾ ਉਹ ਅੱਛਾ ਜੀ ਚਮਕੀਲਾ ਡਰਦਾ ਬਹੁਤ ਸੀਗਾ ਤੇ ਮਤਲਬ ਕਿ ਉਹਨੇ ਕਿਹਾ ਨਹੀਂ ਸਰਦਾਰ ਸਾਹਿਬ ਮੈਂ ਨਾ ਤੁਹਾਨੂੰ ਪਿੰਡ ਆਪ ਛੱਡ ਆਉਂਗਾ ਤੇ ਉਹ ਚਿੱਠੀਆਂ ਘਰ ਚ ਪਈਆਂ ਸੀਗੀਆਂ ਤੇ ਥਲਮਾਰੀ ਚੋਂ ਕੱਢ ਕੇ ਜਮਾਲਪੁਰ ਜਾ ਕੇ ਤੇ ਉਹ ਚਿੱਠੀਆਂ ਵਿਖਾਈਆਂ ਇਹਨਾਂ ਨੇ ਇੱਕ ਚਿੱਠੀ ਪਛਾਣ ਲਈ ਜਿਹੜੀ ਰਿਸ਼ਪਾਲ ਸਿੰਘ ਸ਼ੰਧੜਾ ਨੇ ਲਿਖੀ ਸੀ ਕਿਉਂਕਿ ਇਹ ਕਹਿੰਦੇ ਕਿ ਜਿਹੜੇ ਸ਼ੰਧੜਾ ਹੀ ਜੀ ਉਹ ਮੈਨੂੰ ਦੋ ਕਲਾਸਾਂ ਅੱਗੇ ਪੜ੍ਹ ਦੇਦੇ ਨੇ ਜੀ ਤਾਂ ਬਾਈ ਮੈਨੂੰ ਪਤਾ ਲੱਗਾ ਇਹਨਾਂ ਦੇ ਮੂੰਹੋਂ ਕਿ ਵੀ ਇੱਤੇ ਛੰਦੜਾ ਨੇ ਤੇ ਕਹਿੰਦਾ ਮੈਂ ਦੱਸਤਾ ਵੀ ਆ ਚਿੱਠੀ ਤਾਂ ਸੱਚੀ ਹੈ ਤੇ ਵੀ ਚਮਕੀਲੇ ਨੂੰ ਤਾਂ ਹੋਰ ਹੋ ਗਿਆ ਵੈਸੇ ਉਹ ਮੇਰੇ ਤੇ ਤਾਂ ਥੋੜਾ ਜਿਹਾ ਉਹਨੂੰ ਲੱਗਦਾ ਸੀ ਕਿਉਂਕਿ ਮੈਂ ਉੱਤਰਿਆ ਇਹਨੂੰ ਧਮਕੀ ਆਈ ਸੀ ਧਾੜਾ ਸੀਗਾ ਚਮਕੀਲੇ ਨੂੰ ਲੱਗਿਆ ਕਿ ਬੰਦਾ ਇੱਧਰ ਉੱਧਰ ਹੋ ਸਕਦਾ ਤੇ ਉਸ ਤੋਂ ਬਾਅਦ ਉਹ ਬਿਲਕੁਲ ਹੀ ਡਰ ਗਿਆ ਬਿਲਕੁਲ ਹੀ ਡਰ ਗਿਆ ਵੀ ਗੱਡੀ 'ਚ ਵੀ ਜ ਗਿਆ ਤੇ ਸ਼ੱਕ ਦੀ ਨਿਗਾਹ ਨਾਲ ਹੀ ਵੇਖ ਵੇਖ ਤੇ ਆਉਂਦੀ ਯਾਰ ਕਿਉਂਕਿ ਸ਼ੰਦੜਾ ਪਿੰਡ ਹੈ ਕਹਿੰਦੇ ਸਾਡੇ ਨਾਲ ਹੀ ਸੀ ਮੈਂ ਇਹਨਾਂ ਨੂੰ ਦਿਖਾਇਆ ਉੱਥੇ ਹੋਰ ਡਰ ਗਿਆ ਕਹਿੰਦਾ ਸ਼ੰਦੜਾ ਵਾਲੇ ਰਾਤ ਮੈਂ ਵਾਪਸ ਹੀ ਨਹੀਂ ਜਾਣਾ ਮੈਨੂੰ ਕੋਈ ਹੋਰ ਰਾਹ ਦੱਸੋ ਤੇ ਮੁੜ ਕੇ ਮਤਲਬ ਕਿ ਥੋੜੀ ਹੋਰ ਚਾਂਪਛਾਣ ਹੋ ਗਈ ਫਿਰ ਉਸ ਤੋਂ ਬਾਅਦ ਜਿਹੜੀ ਚਮਕੀਲਾ ਬਾਰੇ ਗੱਲ ਹੈ ਨਾ ਕਿ 42 ਨੰਬਰ ਕਮਰੇ 'ਚ ਜੋ ਖੜਕਵਾਂ ਦੀ ਉੱਥੇ ਪੰਜ ਮੈਂਬਰੀ ਕਮੇਟੀ ਬੈੰਦੀ ਸੀਗੀ ਬਈ ਉੱਥੇ ਜਾ ਕੇ ਮੁਲਾਕਾਤ ਹੋਈ ਸੀਗੀ ਉਹ ਸਾਰਾ ਇਸੇ ਪ੍ਰਕਾਰਨ ਦਾ ਹਿੱਸਾ ਹੈ ਮਤਲਬ ਕਿ ਉਹਨਾਂ ਨੂੰ ਸੰਖੇਪ ਕਰ ਦਿੰਨੇ ਆ ਕਿ ਸਿਵੀਆ ਉੱਥੇ ਲੈ ਕੇ ਗਏ ਸਨ ਜੀ ਤੇ ਜਦੋਂ ਰਸਤੇ 'ਚ ਉੱਥੋਂ ਆ ਰਹੇ ਸੀਗੇ ਅਮ੍ਰਿਤਸਰੋਂ ਤੇ ਕਿਤੇ ਪਿਸ਼ਾਬ ਕਰਨ ਨੂੰ ਰੁਕੇ ਤੇ ਸਿਵੀਆ ਉਤਰ ਗਿਆ ਉਹ ਜਿਹੜੀ ਡਾਇਰੀ 'ਚ ਲਿਖਿਆ ਕਰਦੇ ਸੀ ਉਹ ਡਾਇਰੀ ਉੱਥੇ ਰਹਿ ਗਈ ਜੀ ਉਹ ਚਮਕੀਲੇ ਨੇ ਕਿਤੇ ਡਾਇਰੀ ਪਲਟੀ ਉਹਦੇ 'ਚ ਗੀਤ ਸੀ ਗੀਤ ਸੀਗੇ ਧਾਰਮਿਕ ਇਹ ਕਹਿੰਦੇ ਵੀ ਮੈਂ ਸ਼ੁਰੂ ਤੋਂ ਧਾਰਮਿਕ ਹੀ ਲਿਖਿਆ ਜਦੋਂ ਇੱਕ ਤਾਂ ਉਹ ਸੀ ਸਰਹੰਦ ਦੀ ਦਿਵਾਰੇ ਜੀ ਉਹ ਗਾਣਾ ਸੀਗਾ ਪਹਿਲੇ ਨੰਬਰ ਤੇ ਕਹਿੰਦਾ ਜਦੋਂ ਮੈਂ ਆਇਆ ਤਾਂ ਚਮਕੀਲਾ ਕਹਿੰਦਾ ਕਿ ਤੁਸੀਂ ਭਾਈ ਸਭ ਸਰਦਾਰ ਸਭ ਗੀਤ ਵੀ ਲਿਖਦੇ ਕਹਿੰਦਾ ਹਾਂ ਗੀਤ ਵੀ ਲਿਖਦਾ ਤੇ ਫਿਰ ਉਹ ਕਹਿੰਦੇ ਵੀ ਮੈਂ ਹੁਣ ਬਾਬਿਆਂ ਕੋਲ ਜਾ ਕੇ ਆਇਆ ਖੜਕੂਆ ਕੋਲ ਜਾ ਕੇ ਆਇਆ ਉੱਥੇ ਆਪਾਂ ਚਲੋ ਮਾਫੀ ਵੀ ਮੰਗੀ ਆ ਸਾਰਾ ਕੁਝ ਕੀਤਾ ਇਹਨਾਂ ਨੇ ਉੱਥੇ ਮਤਲਬ ਕਿ ਦੇਗ ਵੀ ਕਰਾਈ 5100 ਦੀ ਦੱਸਦੇ ਆ ਉਹ ਚੀਜ਼ਾਂ ਪੜੀਆਂ ਨੇ ਬਈ ਕਿਸੇ ਲਿਖਤ ਦੇ ਵਿੱਚ ਤੇ ਉੱਥੇ ਜਦੋਂ ਵਾਪਸ ਆਏ ਤੇ ਇਹ ਚੀਜ਼ ਉਹਨੇ ਵੇਖੀ ਉਹਨੇ ਕਿਹਾ ਆਪਾਂ ਧਾਰਮਿਕ ਗੀਤਾਂ ਦੀ ਕੈਸਟ ਕਰਾਂਗੇ ਇੱਥੋਂ ਫਿਰ ਧਾਰਮਿਕ ਗੀਤਾਂ ਦੀ ਕੈਸਟ ਦਾ ਮੁੱਢ ਵੱਜਦਾ ਜੀ ਉਹ ਕਹਿੰਦੇ ਵੀ ਦੋ ਗੀਤ ਤਾਂ ਆ ਨੇ ਤੇ ਤੁਹਾਡੇ ਤੇ ਦੋ ਚਾਰ ਸਰਦਾਰ ਸਾਹਿਬ ਹੋਰ ਲਿਖੋ ਜੀ ਇਹਨਾਂ ਨੇ ਫਿਰ ਉਹ ਗੀਤ ਲਿਖੇ ਤਾਂ ਫਿਰ ਚੱਲਣ ਲੱਗੇ ਤੇ ਜਦੋਂ ਕੈਸਟ ਵੱਜੀ ਫਿਰ ਦੂਸਰੀ ਕੈਸਟ ਦਾ ਮੋਢ ਵਜਾ ਕਿ ਐਚ ਐਮ ਵੀ ਉਦੋਂ ਬੜੀ ਤਕੜੀ ਕੰਪਨੀ ਸੀਗੀ ਜਿਵੇਂ ਅੱਜ ਦੇ ਦੌਰ ਚ ਟੀ ਸੀ ਰਜ ਆਪਾਂ ਕਹਿੰਦੇ ਆ ਉਹਨਾਂ ਦਾ ਇਹਨਾਂ ਨੂੰ ਇਨਵਿਟੇਸ਼ਨ ਆਇਆ ਜਾਂ ਕਹਿ ਲਓ ਕਿ ਪ੍ਰਪੋਜ਼ਲ ਹੀ ਆਇਆ ਕਿ ਭਾਈ ਤੁਸੀਂ ਇੱਕ ਕੈਸਟ ਸਾਡੇ ਲਈ ਇਹ ਕਰੋ ਜੀ ਫਿਰ ਉਹ ਦੂਸਰੀ ਕੈਸਟ ਕੀਤੀ ਗਈ ਸੀ ਜੀ ਜਿਹਦੇ ਵਾਸਤੇ ਇਹ ਗਾਣਾ ਜਿਹੜਾ ਲਿਖਿਆ ਗਿਆ ਇਹ ਕਹਿੰਦੇ ਵੀ ਗਾਣਾ ਜਿਹੜਾ ਲਿਖਿਆ ਨਾ ਮੈਂ ਉਹ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਕਹਿੰਦੇ ਕਿ ਮੈਂ ਜਦੋਂ ਅਰਦਾਸ ਸੁਣਦਾ ਹੁੰਦਾ ਸੀਗਾ ਤੇ ਜਦੋਂ ਗੁਰਤਾਮਾ ਦੀ ਗੱਲ ਉਹ ਦੇਖ ਕੇ ਜਨਾ ਨੂੰ ਪੰਥ ਤੋਂ ਵਿਛੋੜਿਆ ਗਿਆ ਤਾਂ ਉਹ ਮਤਲਬ ਕਿ ਮੈਨੂੰ ਆਈਡੀਆ ਕਲਿੱਕ ਕਰ ਗਿਆ ਜੀ ਕਿ ਨਨਕਾਣਾ ਸਾਹਿਬ ਤੇ ਲਿਖਿਆ ਜਾਣਾ ਚਾਹੀਦਾ ਜੀ ਤਾਂ ਕਹਿੰਦੇ ਕਿ ਕਿਉਂਕਿ ਇਹ ਉਦੋਂ ਤੱਕ ਸੈਸ਼ਨ ਜੱਜ ਦੇ ਰੀਡਰ ਬਣ ਗਏ ਸਨ ਜੀ ਕਹਿੰਦੇ ਮੈਂ ਕੋਰਟ ਚੋਂ ਨਿਕਲਿਆ ਰਕਸ਼ੇ ਤੇ ਬੈਠਾ ਤੇ ਮੇਰੀ ਜੇਬ ਚ ਇੱਕ ਵੱਡੀ ਸਾਰੀ ਟਿਕਟ ਸੀਗੀ ਕਈ ਵਾਰ ਨਾ ਕਈ ਤੁਸੀਂ ਦੇਖੋਗੇ ਬੱਸਾਂ ਦੀਆਂ ਟਿਕਟਾਂ ਨਾ ਚੌੜੀਆਂ ਹੁੰਦੀਆਂ ਨੇ ਜੀ 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 ਖਾਸੀਆਂ ਚੌੜੀਆਂ ਆਂਦੀਆਂ ਕਹਿੰਦੇ ਕਿ ਟਿਕਟ ਸੀਗੀ ਮੈਂ ਟਿਕਟ ਡਾਇਰੀ ਤੇ ਰੱਖ ਲਈ ਗੋਡੇ ਤੇ ਡਾਇਰੀ ਰੱਖ ਲਈ ਤੁਰੇ ਜਾਂਦੇ ਨੇ ਰਕਸ਼ੇ ਤੇ ਮੈਂ ਕਹਿੰਦੇ ਕਿ 15 ਦਿਨ 15 ਮਿੰਟਾਂ ਦੇ ਵਿੱਚ ਉਹ ਗਾਣਾ ਜਿਹੜਾ ਪੂਰਾ ਕਰ ਦਿੱਤਾ ਅੱਛਾ ਐਦਾਂ ਬਣਿਆ ਸਾਥੋ ਬਾਬਾ ਹੋਲੇ ਤੇਰਾ ਨਾਨਾ ਗਾਣਾ ਟਿਕਟ ਤੇ ਟਿਕਟ ਤੇ ਟਿਕਟ ਤੇ ਲਿਖਿਆ ਗਿਆ ਉਹ ਗਾਣਾ ਤੇ ਇਸ ਤੋਂ ਇਲਾਵਾ ਜਿਹੜੀਆਂ ਉਹ ਤਰਜਾਂ ਦੱਸਦੇ ਸੀ ਕਿ ਅਸੀਂ ਇੱਕ ਮੋਟਰ ਤੇ ਜਾ ਕੇ ਜਿਹੜੀ ਚਮਕੀਲੇ ਦੀ ਮੋਟਰ ਸੀ ਉੱਥੇ ਬਣਾਈਆਂ ਦੋ ਕੁ ਦਿਨਾਂ ਚ ਤਰਜਾਂ ਵੀ ਬਣਾ ਦਿੱਤੀਆਂ ਚਮਕੀਲੇ ਵਰਗੀਆਂ ਤਰਜਾਂ ਅੱਜ ਤੀਕ ਦਦਾਰ ਸੰਧੂ ਤੇ ਚਮਕੀਲਾ ਇੱਕ ਐਸੇ ਕਲਾਕਾਰ ਸੀਗੇ ਮਾਨ ਸਾਹਿਬ ਕਿ ਜਿਹੜੇ ਤਰਜਾਂ ਵੀ ਆਪਣੀਆਂ ਬਣਾਉਂਦੇ ਸਨ ਲਿਖ ਵੀ ਲੈਂਦੇ ਸਨ ਤੇ ਤਰਜਾਂ ਵੀ ਜਿਹੜੀਆਂ ਸੀ ਕਿ ਉਹ ਆਪਣੀਆਂ ਨਰੋਲ ਆਪਣੀਆਂ ਹੁੰਦੀਆਂ ਸਨ ਤੇ ਇਹ ਬੜਾ ਹੀ ਕਮਾਲ ਦਾ ਕੰਬੀਨੇਸ਼ਨ ਸੀ ਉਹ ਮਾਨਕ ਵਾਲਾ ਵੀ ਮਸਲਾ ਕਹਿੰਦੇ ਜਦੋਂ ਮੈਂ ਉੱਥੇ ਦਫ਼ਤਰ ਚ ਬੈਣ ਲੱਗਿਆ ਚਮਕੀਲੇ ਨੂੰ ਲੱਗਾ ਬੰਦਾ ਯਾਰ ਗੁਰਸਿੱਖ ਹੈ ਸਰਕਾਰੀ ਬੰਦਾ ਹੈ ਕਹਿੰਦੇ ਵੀ ਪ੍ਰੋਗਰਾਮਾਂ ਤੇ ਵੀ ਨਾਲ ਲਿਜਾਣਾ ਸ਼ੁਰੂ ਕਰ ਦਿੱਤਾ ਵੀ ਥੋੜੀ ਪ੍ਰੋਟੈਕਸ਼ਨ ਹੋ ਜਾਂਦੀ ਹੈ ਕਿਉਂਕਿ ਚਮਕੀਲਾ ਡਰਿਆ ਸੀ ਉਹਨਾਂ ਦਿਨਾਂ 'ਚ ਹਾਲਾਂਕਿ ਟਰਸਟ ਵੀ ਬਣ ਗਿਆ ਸੀ ਹਾਂਜੀ ਹਾਂ ਟਰਸਟ ਬਣ ਗਿਆ ਕਿਹ ਬੰਦੇ ਨੇ ਯਾਰ ਬਚਾ ਲਿਆ ਯਾਨੀ ਚਮਕੀਲੇ ਦੀ ਇੱਕ ਵਾਰੀ ਕਹਿ ਲੋ ਜਾਨ ਬਚਾਉਣ ਵਾਲਾ ਇੱਕ ਵਾਰੀ ਸਿਵੀ ਆਈ ਸੀਗਾ ਤੇ ਭਾਈ ਉਸ ਤੋਂ ਬਾਅਦ ਕਹਿੰਦੇ ਨੇ ਕਿ ਇਹ ਜਦੋਂ ਪ੍ਰੋਗਰਾਮ ਵਗੈਰਾ ਤੇ ਜਾਣਾ ਸ਼ੁਰੂ ਹੋ ਗਿਆ ਤਾਂ ਕਿਤੇ ਦਫਤਰ 'ਚ ਬੈਠੇ ਮਾਣ ਕਾਇਆ ਜੀ ਮਾਣ ਕਾਇਆ ਤੇ ਇਹ दारू ਪਿਆਲਾ ਮਤਲਬ ਕਿ ਚਮਕੀਲਾ ਵੀ ਚੰਗੀ ਪੀਂਦਾ ਸੀਗਾ ਦਦਾਰ ਸੰਦੂ ਮਾਣ ਕੇ ਇਹ ਮਤਲਬ ਕਿ ਸ਼ਾਮ ਨੂੰ ਪੈਗ ਸ਼ਕ ਆਪ ਦਾ ਇਕੱਠਾ ਲਾਉਂਦੇ ਸਨ ਜੀ ਉਹ ਜਦੋਂ ਕਿਤੇ ਪੈਗ ਪੁੱਗ ਲਾਇਆ ਤੇ ਉਹਨੇ ਕਿਹਾ ਯਾਰ ਇਹ ਸਰਦਾਰ ਸਾਹਿਬ ਬਾਰੇ ਨਹੀਂ ਤੂੰ ਦੱਸਿਆ ਚਮਕੀਲਾ ਕਿ ਇਹ ਕੌਣ ਆ ਜੀ ਉਹਨੇ ਕਿਹਾ ਕਿ ਇਹ ਉਹੀ ਸਰਦਾਰ ਸਾਹਿਬ ਨੇ ਜਿਨ੍ਹਾਂ ਦੇ ਗੀਤ ਮੈਂ ਧਾਰਮਿਕ ਰਿਕਾਰਡ ਕਰਾਏ ਆ ਉਹ ਕਹਿੰਦੇ ਜੀ ਫਿਰ ਮੈਨੂੰ ਵੀ ਕੋਈ ਦੇ ਦੇ ਗਾਣਾ ਜੀ ਸਰਦਾਰ ਸਾਹਿਬ ਗਿਆਨੀ ਗਿਆਨੀ ਕਿਹਾ ਅੱਛਾ ਇਹ ਗਿਆਨੀ ਜੀ ਮੈਨੂੰ ਵੀ ਦਿਓ ਕੁਝ ਉਹ ਕਹਿੰਦਾ ਵੀ ਗਾਣਾ ਤਾਂ ਮਾਰਕਸ ਸਾਹਿਬ ਤੁਹਾਨੂੰ ਦੇ ਦੇਵਾਂਗਾ ਪਰ ਇੱਕ ਹਾਦਸਾ ਯਾਦ ਕਰਾ ਦਿਆਂ ਹੂੰ ਇਹ ਕਹਿੰਦੇ ਵੀ ਮੈਂ ਉਹੀ ਸ਼ਖਸ ਆਂ ਜਿਹੜਾ ਗਾਣੇ ਲੈ ਕੇ ਗਿਆ ਸੀ ਜੀ ਗਾਣੇ ਲੈ ਕੇ ਗਿਆ ਸੀਗਾ ਤੇ ਤੁਸੀਂ ਕਿਹਾ ਸੀਗਾ ਕਿ ਉਹਨੂੰ ਦਿਖਾ ਦੇ ਤੇ ਉਹ ਬੰਦਾ ਪੱਗ ਬੰਨ ਕੇ ਸਿਗਰਟ ਸੂਟ ਪੀ ਰਿਹਾ ਸੀ ਤੇ ਮੈਂ ਕਿਹਾ ਵੀ ਮੇਰੇ ਗਾਣੇ ਆ ਸਭ ਤੁਸੀਂ ਆਪ ਨਿਕਾ ਮਾਰ ਲਓ ਤੇ ਕਹਿੰਦੇ ਤੂੰ ਹੀ ਕੀ ਕੀਤਾ ਹੀ ਨਿਗਾਹ ਮਾਰ ਲੱਗਿਆ ਬੋਨਟ ਤੇ ਰੱਖ ਕੇ ਸਾਰੇ ਗਾਣੇ ਪਾੜ ਕੇ ਤਾਸ਼ ਦੇ ਪੱਤੇ ਵਾਂਗੂ ਤੇ ਤੂੰ ਹੀ ਕਿਹਾ ਕਿਆ ਲੈ ਮਾਰਨੀ ਲੱਗਾ ਮੈਂ ਉਹ ਬੰਦਾ ਤੇ ਮੈਂ ਤੁਹਾਨੂੰ ਕਹਿ ਕੇ ਤੁਰਿਆ ਸੀ ਕਿ ਇੱਕ ਦਿਨ ਗੀਤ ਤੂੰ ਹੀ ਮੰਗ ਕੇ ਲੈਣਾ ਮੈਥੋਂ ਤੇ ਉਹ ਦਿਨ ਆ ਗਿਆ ਦੇਖ ਲਓ ਮਾਨਕ ਨੂੰ ਮੰਗ ਕੇ ਗੀਤ ਲੈਣਾ ਪਿਆ ਨਾ ਕਿ ਨਾ ਨਹੀਂ ਕਰਦਾ ਫਿਰ ਜੋ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਵਾਲਾ ਪ੍ਰਸੰਗ ਸੀ ਫਿਰ ਉਦੋਂ ਉੱਥੇ ਲਿਖਿਆ ਗਿਆ ਸੀ ਸੋ ਇਹ ਸੀ ਵੀਐਸ ਆਫ ਦੀ ਜਰਨੀ ਸੀਗੀ ਬੜੀ ਇੰਟਰਸਟਿੰਗ ਹੈ ਇਹ ਉਹ ਜੀ ਲੋਕਾਂ ਦੀ ਕਹਾਣੀ ਸੋ ਬੜੇ ਗੀਤ ਨੇ ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਜਿੱਥੇ ਦੇ ਵਿੱਚ ਫਾਉਂਡ ਪਰਥੋ ਬਥੇਰੇ ਗਾਣੇ ਬਹੁਤ ਹੀ ਗਾਣੇ ਬਹੁਤ ਜ਼ਿਆਦਾ ਗਾਣੇ ਮਿਲ ਜਾਣਗੇ ਪਰ ਬਹੁਤੇ ਗਾਣੇ ਆ ਜਿਹੜੇ ਮੇਰੇ ਖਿਆਲ ਨਾਲ ਸੁਣੇ ਜ਼ਰੂਰ ਆ ਪਰ ਪਤਾ ਨਹੀਂ ਹੁੰਦਾ ਕਿ ਲਿਖੇ ਕਿੰਨੇ ਸੀ ਚਲੋ ਧੰਨਵਾਦ ਮਿੰਟੂ ਜੀ ਦੇ ਲਈ ਮੁਕੱਦਰ ਜੀ ਕਰਿਆ ਕਿ ਅਸਲ ਗਾਇਕ ਤੇ ਗੀਤਕਾਰ ਤਾਂ ਪੁਰਾਣੇ ਹੀ ਸੀਗੇ ਜੀ ਕਹਿੰਦੇ ਕਿ ਤੇ ਇੱਕ ਵੀਰ ਕਹਿ ਰਹੇ ਸੀਗੇ ਸਨਾਰ ਕਹਿੰਦੇ ਕਿ ਜੀ ਇਹ ਜਿਹੜੇ ਸਿਵੀਆਂ ਜੀ ਇਹ ਕਹਿੰਦੇ ਕਿ ਕਿਤਾਬੀ ਇਹਨਾਂ ਨੇ ਸ਼ਰਕੀ ਲਿਖ ਰਹੇ ਨੇ ਜੀ ਕਹਿੰਦੇ ਕਿ ਇਹ ਲਿਖੀ ਹੋਈ ਇਹਨਾਂ ਦੀ ਕੋ ਕਿਤਾਬ ਜੀ ਨਹੀਂ ਇਹਨਾਂ ਦਾ ਤਾਂ ਇੰਤਕਾਲ ਹੋ ਗਿਆ ਨਾ ਕਿਤਾਬ ਹੋ ਸਕਦਾ ਲਿਖੀ ਹੋਈ ਹੋਵੇ ਹਾਂ ਉਸ ਦੇ ਵਿੱਚ ਕਿੰਨਾ ਬਾਰੇ ਦੇਖੋ ਇਹਨਾਂ ਦਾ ਕੀ ਸੀਗਾ ਇਹਨਾਂ ਦੇ ਪਿੰਡ ਨਾਲ ਲਾਇਬ੍ਰੇਰੀ ਖੁੱਲੀ ਗੱਲਾਂ ਬਹੁਤ ਚੰਗੀਆਂ ਸੁਣਨ ਨੂੰ ਮਿਲ ਜਾਂਦੀਆਂ ਕਈ ਵਾਰ ਮੈਂ ਬਹੁਤ ਮਤਲਬ ਕਿ ਮੈਂ ਨਹੀਂ ਕਹਿੰਦਾ ਕਿ ਆਪਾਂ ਬਹੁਤ ਸਹੀ ਹੈ ਮਾਨ ਸਾਹਿਬ ਆਪਣੇ ਚ ਬਹੁਤ ਔਗਣ ਹੁੰਦੇ ਆ ਪਰ ਬਹੁਤ ਵੱਡੇ ਲੋਕਾਂ ਤੋਂ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਸਿਵਿਆ ਸਾਹਿਬ ਦੀ ਇਹ ਵਡਿਆਈ ਸੀ ਇੱਧਰ ਦੇਖੋ ਜੀ ਗੱਲ ਮਾਨ ਸਾਹਿਬ ਸੁਣਨ ਵਾਲੀ ਹੈ ਤੁਹਾਡੇ ਅਸੀਂ ਚਾਰ ਕੁ ਡਿਗਰੀਆਂ ਕਰ ਲਈਏ ਨਾ ਜਾਂ ਗ੍ਰੈਜੂਏਟ ਹੀ ਹੋ ਜਾਈਏ ਤੇ ਪਿੰਡ ਚ ਅਸੀਂ ਐਨੇ ਨੇ ਧਰਤੀ ਤੋੜਦੇ ਫਿਰਦੇ ਆ ਬਾਬਿਆਂ ਨੂੰ ਅਸੀਂ ਅਨਪੜਾ ਨੂੰ ਅਸੀਂ ਕਮਲੇ ਹੀ ਸਮਝਦੇ ਆ ਜੀ ਬਿਲਕੁਲ ਇਦਾਂ ਹੀ ਸੀਵਿਆ ਸਾਹਿਬ ਬਹੁਤ ਪੜੇ ਲਿਖੇ ਸਨ ਉਸ ਟਾਈਮ ਜੀ ਸਰਕਾਰੀ ਜੋਬ ਮਿਲੀ ਬਾਦ ਦੇ ਵਿੱਚ ਤਾਂ ਮੇਰੇ ਖਿਆਲ ਦੇ ਨਾਲ ਪ੍ਰਸ਼ਾਸਕ ਅਧਿਕਾਰੀ ਵੀ ਬਣੇ ਨੇ ਇਹ ਫਤਿਹਗੁਰ ਸਾਹਿਬ ਦੇ ਵਿੱਚ ਜੌਬ ਕਰਦੇ ਰਹੇ ਨੇ ਇਹਨਾਂ ਨੇ ਆਪ ਮੰਨਿਆ ਕਿ ਭਾਈ ਚਮਕੀਲੇ ਨੂੰ ਟ੍ਰੇਨ ਤੋਂ ਬੜਾ ਡਰ ਲੱਗਦਾ ਸੀਗਾ ਤੇ ਅਸੀਂ ਕਿਹਾ ਕਿ ਤੈਨੂੰ ਟ੍ਰੇਨ 'ਚ ਚੜਾਉਣਾ ਹੀ ਚੜਾਉਣਾ ਤੇ 6 ਘੰਟਿਆਂ ਦਾ ਸਫ਼ਰ ਸੀ ਇੱਥੋਂ ਅਸੀਂ ਦਿੱਲੀ ਗਏ ਜੀ ਤੇ ਇਸ ਦਰਮਿਆਨ ਕਹਿੰਦੇ ਕਿ ਮੈਨੂੰ ਇੰਨਾ ਮਤਲਬ ਕਿ ਪ੍ਰਭਾਵਿਤ ਕੀਤਾ ਚਮਕੀਲੇ ਨੇ ਮੈਂ ਇੰਨਾ متاثر ਹੋਇਆ ਜੀ ਕਿ ਗੱਲਾਂ ਹੀ ਛੱਡ ਦੋ ਕਹਿੰਦੇ ਕਿ ਪੰਜ ਪਾਸ ਬੰਦਾ ਜੀ ਮੈਂ ਉਹਦੇ ਤੋਂ ਬਹੁਤ ਕੁਝ ਸਿੱਖਿਆ ਜੀ ਵੀ ਇੰਨਾ ਜ਼ਿਆਦਾ ਨਿਮਰ ਬੰਦਾ ਜੀ 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 ਕਹਿਣ ਵਾਲਾ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਲੈਣਾ ਨਹੀਂ ਦੇਣਾ ਨਹੀਂ ਤਾਂ ਤੁਸੀਂ ਹਿਸਾਬ ਲਾ ਲਓ ਕਿ ਇੱਕ ਪੰਜ ਪੜੇ ਬੰਦੇ ਦੀ ਵਡਿਆਈ ਕਰ ਰਿਹਾ ਕੋਈ ਬੰਦਾ ਜੀ ਉਹ ਕਹਿ ਰਿਹਾ ਕਿ ਮੈਂ ਉਹਦੇ ਤੋਂ ਬਹੁਤ ਕੁਝ ਸਿੱਖਿਆ ਇਹਦੇ 'ਚ ਮਹਾਨਤਾ ਹੁੰਦੀ ਹੈ ਔਰ ਦੱਸਦੇ ਆ ਕਿ ਪੰਜਵੀਂ ਤੱਕ ਉਹ ਕਹਿੰਦੇ ਕਿ ਨਾਨਕ ਸਿੰਘ ਦੇ ਨਾਵਲ ਜਸਵੰਤ ਸਿੰਘ ਕਮਲ ਦੇ ਨਾਲ ਨਾਵਲ ਨਾਵਲ ਇਹ ਸਾਰੇ ਨਵੇੜ ਤੇ ਸੀ ਉਹਨਾਂ ਨੇ ਵੱਡੇ ਨਾਵਲਕਾਰ ਜਿਹੜੇ ਉਸ ਟਾਈਮ ਫਿਰ ਸੋਹਣ ਸਿੰਘ ਸ਼ੀਤਲ ਦੇ ਸਾਰੇ ਜਿਹੜੇ ਘੈਂਟ ਘੈਂਟ ਉਸ ਟਾਈਮ ਦੇ ਨਾਵਲਕਾਰ ਸੀ ਉਹ ਕਹਿੰਦੇ ਕਿ ਅਸੀਂ ਪੜ੍ਹਦੇ ਸੀ ਪੰਜਵੀਂ ਤੱਕ ਤੇ ਦਸਵੀਂ ਤੱਕ ਜਿੰਨੇ ਤਾਂ ਨੀਰਮ ਚਾਤਰਿਕ ਤੋਂ ਲੈ ਕੇ ਉਸ ਟਾਈਮ ਦੇ ਪੋਇਟਸ ਸੀ ਚੰਗੇ ਜੀ ਕਵੀ ਸੀ ਉਹ ਸਾਰੇ ਪੜ੍ਹ ਦਿੱਤੇ ਸੀ ਇਹਨਾਂ ਜੀ 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 ਤਾਂ ਫਿਰ ਇੱਥੋਂ ਹੀ ਮਨੁੱਖ ਦੀ ਚੰਗੇ ਮਨੁੱਖ ਦੀ ਸਿਰਜਣਾ ਹੁੰਦੀ ਹੈ ਇਹ ਸਾਹਿਤਕਾਰੀ ਤੋਂ ਨਾ ਤੇ ਕੌਣ ਚਸੇ ਜੀ ਜੀ ਜੀ